ਹਿਊਮਨ ਟ੍ਰੈਫਿਕਿੰਗ ਦੀ ABC ਦੀ ਗੱਲ ਕਰਾਂ ਤਾਂ ਸਾਨੂੰ ਇਹ ਪੈਂਥੜਾ ਸਮਝਾ ਦਿਓ ਕਿ ਹਿਊਮਨ ਟ੍ਰੈਫਿਕਿੰਗ ਆਖਰ ਹੈ ਇਹ ਇੱਕ ਪੂਰਾ ਵੱਡਾ ਨੈਟਵਰਕ ਹੈ ਇਹ ਇੱਕ ਕਾਟਲ ਹੈ ਜਿਹੜਾ ਇਕੱਠਾ ਕੰਮ ਕਰਦਾ ਹੈ ਇੱਕ ਅੱਦੇ ਬੰਦੇ ਦਾ ਕੰਮ ਨਹੀਂ ਹੈਗਾ ਸਵਾਲ ਵੱਡਾ ਇਹ ਖੜਾ ਹੋ ਜਾਂਦਾ ਕਿ ਉਹ ਕਿਹੜੀ ਧਰਤੀ ਹੈ ਕਿਹੜੀ ਜ਼ਮੀਨ ਹੈ ਜਿੱਥੋਂ ਨਾ ਤਾਂ ਉਹਨਾਂ ਨੂੰ ਕੱਢਿਆ ਜਾ ਰਿਹਾ ਤੇ ਨਾ ਹੀ ਉਹਨਾਂ ਨੂੰ ਲੱਭਿਆ ਜਾ ਰਿਹਾ ਸਭ ਤੋਂ ਜ਼ਿਆਦਾ ਪੈਸਾ ਸਾਰੀ ਦੁਨੀਆ 'ਚ ਨਾ ਕੇਵਲ ਹਿੰਦੁਸਤਾਨ ਦੇ ਵਿੱਚ ਤਿੰਨ ਚੀਜ਼ਾਂ ਦੇ ਵਿੱਚ ਹੈਗਾ ਜਿਸਮ ਫਿਰੋਸ਼ੀ ਡਰਗ ਤਸਕਰੀ ਤੇ ਆਪਣਾ ਹਥਿਆਰ ਵੇਚਣਾ ਕਦਾਲ ਕੀ ਜਾਵੇ ਸਕਾਟ ਸਰਵਿਸ ਅੱਜਕੱਲ ਇੱਕ ਵੱਡਾ ਨਾਂ ਹੈ ਇਹ ਹਿਮਨ ਟ੍ਰੈਕਿੰਗ ਦਾ ਬਦਲ ਹੈ ਤਾਂ ਕਿ ਤਰ੍ਹਾਂ ਕਿਤੇ ਇੱਕ ਨਵੀਂ ਸਰਵਿਸ ਹੈ ਤੇ ਇਹ ਇੱਕ ਬਹੁਤ ਕਟਿਆ ਜੀਨੂ ਗenial ਚੇਹਰਾ ਹੈਗਾ ਇਹ ਵੀ ਜਿਸਮ ਫਿਰੋਸ਼ੀ ਮਸ਼ੀਨਰੀ ਦੇ ਵਿੱਚ ਕਿਤਨਾ ਕਿਤੇ ਫਿਰ ਕੋਈ ਘਾਟ ਹੈ ਜਾਂ ਲਾਣ ਆਰਡਰ ਕਿਤਨਾ ਕਿਤੇ ਕਮਜ਼ੋਰ ਹੈ ਬੇਸ਼ੱਕ ਹੈ ਬੇਸ਼ੱਕ ਹੈ ਆਂਕੜੇ ਕਹਿੰਦੇ ਨੇ ਕਿ ਕਮਸ਼ੇ ਕਮ ਪੰਜਾਬ ਫੀਸਦੀ ਸਾਡੇ ਸੰਸਦ ਦੇ ਮੈਂਬਰ ਤੇ ਸਾਡੇ ਪੋਲਿਟਿਸ਼ੀਅਨਸ ਦੇ ਖਿਲਾਫ ਕ੍ਰਿਮੀਨਲ ਕੇਸਸ ਦਰਜ ਨੇ ਸਸਕਲ ਪੰਜਾਬੀ ਟੀਵੀ ਦੇ ਮੰਨਤੇ ਮੈਂ ਚਰਨਜੀਤ ਸਿੰਘ ਜਨੀ ਤੁਹਾਡਾ ਸਵਾਗਤ ਕਰਦਾ ਹਿਊਮਨ ਟ੍ਰੈਫਿਕਿੰਗ ਅੱਜ ਦੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਨਾਂ ਜ਼ਿਕਰ ਖਾਸ ਹੈ ਕਿ ਪਿਛਲੇ ਸਾਲ ਰਾਜ ਸਭਾ ਦੇ ਵਿੱਚ ਇੱਕ ਡਾਟਾ ਪੇਸ਼ ਕੀਤਾ ਜਾਂਦਾ ਜੋ ਹੈਰਾਨ ਕਰਨ ਵਾਲਾ ਨਹੀਂ ਸਗੋਂ ਚਿੰਤਾਜਨਕ ਵੀ ਹੈ ਕੇਂਦਰੀ ਮੰਤਰੀ ਦੇ ਵੱਲੋਂ ਇਹ ਡਾਟਾ ਪੇਸ਼ ਕੀਤਾ ਜਾਂਦਾ ਜਿਸ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਹੈ ਕਿ 18 ਸਾਲ ਤੋਂ ਘੱਟ ਦੀਆਂ ਕੁੜੀਆਂ ਤੇ 18 ਸਾਲ ਤੋਂ ਵੱਧਦੀਆਂ ਕੁੜੀਆਂ ਆਖਰ ਇਸ ਦੁਨੀਆ ਤੋਂ ਗਾਇਬ ਹੋ ਗਈਆਂ ਆਖਰ ਉਹ ਕਿੱਥੇ ਗਈਆਂ ਨੇ ਉਹ ਕਿਹੜੀ ਧਰਤੀ ਹੈ ਉਹ ਕਿਹੜਾ ਆਸਮਾਨ ਹੈ ਜਿਹੜਾ ਉਹਨਾਂ ਕੁੜੀਆਂ ਨੂੰ ਨਿਕਲ ਗਿਆ ਇਸ ਸਬ ਦੇ ਉੱਤੇ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਸਾਡੇ ਨਾਲ ਡਾਕਟਰ ਰਣਜੀਤ ਕੌਰ ਪੁਵਾਰ ਨੇ ਜੋ ਇੱਕ ਇਸ ਮਸਲੇ ਨੂੰ ਲੈ ਕੇ ਕਾਫੀ ਜ਼ਿਆਦਾ ਡਾਟਾ ਪੇਸ਼ ਕਰਦੇ ਨੇ ਤੇ ਉਹਨਾਂ ਦੇ ਕੋਲ ਬਹੁਤ ਅੰਕੜੇ ਨੇ ਤੇ ਆਖਰ ਇਹ ਕਿਹੜੇ ਕਾਰਨ ਨੇ ਜਿਨ੍ਹਾਂ ਦੇ ਕਰਕੇ ਇਹ ਹਿਊਮਨ ਟ੍ਰੈਫਿਕਿੰਗ ਹੋ ਰਹੀ ਹੈ ਇਹ ਸਭ ਸਵਾਲ ਜਵਾਬ ਉਹਨਾਂ ਤੋਂ ਕਰਾਂਗੇ ਸਭ ਤੋਂ ਪਹਿਲਾਂ ਡਾਕਟਰ ਰਣਜੀਤ ਕੌਰ ਪੁਆਦੀ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਰ ਸ਼੍ਰੀਕਾਲ ਜੀ ਤੇ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਮੈਂ ਭੂਮਿਕਾ ਦੇ ਵਿੱਚ ਹੀ ਗੱਲ ਕੀਤੀ ਹੈ ਕਿ ਹਿਊਮਨ ਟ੍ਰੈਫਿਕਿੰਗ ਜੇ ਮੈਂ ਹਿਊਮਨ ਟ੍ਰੈਫਿਕਿੰਗ ਦੀ ABC ਦੀ ਗੱਲ ਕਰਾਂ ਤਾਂ ਸਾਨੂੰ ਇਹ ਪੈਂਤੜਾ ਸਮਝਾ ਦਿਓ ਕਿ ਹਿਊਮਨ ਟ੍ਰੈਫਿਕਿੰਗ ਆਖਰ ਹੈ ਕੀ ਹੈ ਹਿਊਮਨ ਟ੍ਰੈਫਿਕਿੰਗ ਜਾਂ ਔਰਤਾਂ ਤੇ ਕੁੜੀਆਂ ਦਾ ਗਾਇਬ ਹੋਣਾ ਇੱਕ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ ਔਰ ਇਸ ਦੀਆਂ ਜੜ੍ਹਾਂ ਦੂਰ ਦੂਰ ਤੱਕ ਫੈਲੀਆਂ ਹੋਈਆਂ ਨੇ ਇਹ ਇੱਕ ਬੜੀ ਕੰਪਲਿਕੇਟਿਡ ਸਮੱਸਿਆ ਹੈ ਜਿਦੇ ਵਿੱਚ ਸਾਨੂੰ ਬਹੁਪੱਖੀ ਕਾਰਨ ਲੱਭ ਕੇ ਉਹਨਾਂ ਦੇ ਇਲਾਜ ਲੱਭਣੇ ਪੈਣੇ ਨੇ ਇਹਦੇ ਵਿੱਚ ਆਰਥਿਕ ਪਹਿਲੂ ਸਮਾਜਿਕ ਪਹਿਲੂ ਸਾਡੀ ਲੋ ਐਂਡ ਆਰਡਰ ਸਿਚੁਏਸ਼ਨ ਤੇ ਸਿਆਸੀ ਪਹਿਲੂ ਇਹ ਸਾਰੇ ਕਾਰਨ ਜੁੜੇ ਹੋਏ ਨੇ ਜਿਨ੍ਹਾਂ ਕਰਕੇ ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਤੇ ਉਸ ਤੋਂ ਵੱਡੀਆਂ ਹੋਈਆਂ ਔਰਤਾਂ ਜਿਹੜੀਆਂ ਵਿਆਹੀਆਂ ਹੋਈਆਂ ਔਰਤਾਂ ਵੀ ਨੇ ਉਹ ਨਿਰੰਤਰ ਗਾਇਬ ਹੁੰਦੀਆਂ ਨੇ ਇਹ ਗਲਤ ਮੰਨਣ ਵਾਲੀ ਹੈ ਕਿ ਜ਼ਿਆਦਾਤਰ ਲੜਕੀਆਂ ਤੇ ਔਰਤਾਂ ਜਿਹੜੀਆਂ ਗਾਇਬ ਹੁੰਦੀਆਂ ਨੇ ਉਹ ਗਰੀਬ ਤਬਕੇ ਤੋਂ ਜਾਂ ਲੋਅਰ ਮਿਡਲ ਕਲਾਸ ਤੋਂ ਗਾਇਬ ਹੁੰਦੀਆਂ ਨੇ ਇਥੋਂ ਸੂ ਲੈ ਕੇ ਅਸੀਂ ਚੱਲੀਏ ਕਿ ਕੀ ਕਾਰਨ ਨੇ ਕੌਣ ਨੇ ਜਿਹੜਾ ਉਹਨਾਂ ਨੂੰ ਗਾਇਬ ਕਰਦਾ ਹੈ ਉਹਨਾਂ ਦੇ ਸਰਪ੍ਰਸਤ ਕੌਣ ਨੇ ਬਹੁਤ ਸਾਰੇ ਬੱਚੇ ਅਗਵਾ ਹੁੰਦੇ ਨੇ ਅਗਵਾ ਉਹ ਬੱਚੇ ਹੁੰਦੇ ਨੇ ਜਿਨ੍ਹਾਂ ਦੀ ਦੇਖਰੇਖ ਸਹੀ ਨਹੀਂ ਹੁੰਦੀ ਜਿਹੜੇ ਰੋਜ਼ ਦੀ ਦਿਹਾੜੀ ਕਰਨ ਵਾਲੇ ਮਾਪੇ ਨੇ ਜਿਹੜੇ ਦੂਸਰਿਆਂ ਦੇ ਘਰ ਕੰਮ ਕਰਨ ਜਾਂਦੇ ਨੇ ਉਹਨਾਂ ਦੇ ਬੱਚਿਆਂ ਨੂੰ ਕੌਣ ਦੇਖਦਾ ਹੈ ਇਹ ਸਾਨੂੰ ਕੀ ਸਵਾਲ ਸਾਡੇ ਦਿਮਾਗ 'ਚ ਨਹੀਂ ਹੋਣਾ ਚਾਹੀਦਾ ਵੱਡੀਆਂ-ਵੱਡੀਆਂ ਬਿਲਡਿੰਗਸ ਖੜੀਆਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਇੰਨੀਆਂ ਮਜ਼ਦੂਰ ਔਰਤਾਂ ਨੇ ਜਿਹੜੀਆਂ ਸਿਰ ਤੇ ਟੋਕਰੀ ਕਰਕੇ ਚੱਕ ਕੇ ਕੰਮ ਕਰ ਰਹੀਆਂ ਨੇ ਉਹਨਾਂ ਦੇ ਬੱਚੇ ਉੱਥੇ ਸਾਈਟ ਦੇ ਕਿਸੇ ਕੋਨੇ ਦੇ ਵਿੱਚ ਇਕੱਲੇ ਰੋਲ ਰਹੇ ਹੁੰਦੇ ਨੇ ਤੁਸੀਂ ਅਕਸਰ ਦੇਖਿਆ ਹੋਣਾ ਕਿ 12 ਸਾਲ ਦੀ ਬੱਚੀ ਦਿੰਨੇ ਸਾਲ ਦੇ ਬੱਚੇ ਨੂੰ 6 ਮਹੀਨੇ ਦੇ ਬੱਚੇ ਨੂੰ ਬੈਠ ਕੇ ਸੰਭਾਲ ਲਈ ਹੁੰਦੀ ਹੈ ਕੀ ਸਰਕਾਰ ਦੇ ਦਿਮਾਗ 'ਚ ਨਹੀਂ ਹੁੰਦਾ ਕਿ ਉੱਥੇ ਅਸੀਂ ਇੱਕ ਟੈਂਪਰੇਰੀ ਕ੍ਰੈਸ਼ ਬਣਾਈਏ ਜਿੱਥੇ ਮਜ਼ਦੂਰਾਂ ਦੇ ਬੱਚੇ ਸੇਫ ਰਹਿ ਸਕਣ ਛੋਟੇ ਬੱਚਿਆਂ ਨੂੰ ਚੱਕ ਕੇ ਔਰ ਖਾਸ ਤੌਰ ਤੇ ਅਸੀਂ ਅੱਜ ਲੜਕੀਆਂ ਦੀ ਗੱਲ ਕਰ ਰਹੇ ਹਾਂ ਉਹਨਾਂ ਨੂੰ ਅਪੰਗ ਕਰਕੇ ਅੱਗੇ ਕਿਰਾਏ ਤੇ ਦਿੱਤਾ ਜਾਂਦਾ ਹੈ ਭੀਖ ਮੰਗਣ ਦੇ ਲਈ ਇਹ ਇੱਕ ਪੂਰਾ ਵੱਡਾ ਨੈਟਵਰਕ ਹੈ ਇਹ ਇੱਕ ਕਾਟਲ ਹੈ ਜਿਹੜਾ ਇਕੱਠਾ ਕੰਮ ਕਰਦਾ ਹੈ ਇੱਕ ਅੱਦੇ ਬੰਦੇ ਦਾ ਕੰਮ ਨਹੀਂ ਹੈਗਾ ਫਿਰ ਉਸ ਬੱਚਿਆਂ ਨੂੰ ਲੜਕੀਆਂ ਨੂੰ ਅੱਗੇ ਤੋਂ ਅੱਗੇ ਕਿੱਥੇ ਕਿੱਥੇ ਭੇਜਿਆ ਜਾਂਦਾ ਹੈ ਉਹ ਤੁਸੀਂ ਸਾਰੇ ਹੀ ਸੋਚ ਸਕਦੇ ਹੋ ਕਿ ਜਦੋਂ ਉਹ ਇੱਕ ਅੰਡਰਵਰਲਡ ਦੇ ਵਿੱਚ ਗਾਇਬ ਹੋ ਜਾਂਦੀਆਂ ਨੇ ਤਾਂ ਉਹਨਾਂ ਨੂੰ ਕੀ ਕੀ ਕੰਮ ਉਹਨਾਂ ਤੋਂ ਕਰਾਏ ਜਾ ਸਕਦੇ ਨੇ ਉਹਨਾਂ ਤੋਂ ਬੰਦਵਾ ਮਜ਼ਦੂਰੀ ਕਰਾਈ ਜਾਂਦੀ ਹੈ ਕੁੜੀਆਂ ਨੂੰ ਚੁੱਕ ਕੇ ਮਿਡਲ ਈਸਟ ਕੰਟਰੀਜ਼ ਵਿੱਚ ਭੇਜਿਆ ਜਾਂਦਾ ਹੈ ਜਿੱਥੇ ਉਹਨਾਂ ਨੂੰ ਡੋਮੈਸਟਿਕ ਹੈਲਪ ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਹੈ ਉਹਨਾਂ ਦੇ ਪਾਸਪੋਰਟ ਖੋਲੇ ਜਾਂਦੇ ਨੇ ਫਿਰ ਆਪਾਂ ਨੂੰ ਪਤਾ ਹੈਗਾ ਕਿ ਜਿਸਮ ਫਿਰੋਸ਼ੀ ਦੇ ਵਿੱਚ ਕਿੰਨੀਆਂ ਕੁੜੀਆਂ ਨੂੰ ਪਾਇਆ ਜਾਂਦਾ ਹੈ ਔਰ ਇਸ ਦੇ ਇਲਾਵਾ ਡਰੱਗਸ ਦੇ ਉੱਤੇ ਉਹਨਾਂ ਨੂੰ ਡਿਪੈਂਡੈਂਟ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਡਰੱਗ ਪੈਡਲਿੰਗ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਇੱਥੇ ਤੱਕ ਕਿ ਤਸਕਰੀ ਕਰਨ ਵਾਲੇ ਲੋਕ ਉਹਨਾਂ ਨੂੰ ਬਤੌਰ ਮਿਊਲਸ ਯੂਜ਼ ਕਰਦੇ ਨੇ ਮਿਊਲਸ ਦਾ ਮਤਲਬ ਹੈ ਕਿ ਕਿਉਂਕਿ ਕੁੜੀਆਂ ਤੇ ਔਰਤਾਂ ਦੇ ਉੱਤੇ ਸ਼ੱਕ ਘਟ ਜਾਂਦਾ ਹੈ ਉਹਨਾਂ ਨੂੰ ਉਹ ਯੂਜ਼ ਕਰਦੇ ਨੇ ਤਸਕਰੀ ਕਰਨ ਦੇ ਲਈ ਬਾਰਡਰਸ ਪਾਰ ਕਰਕੇ ਜਿਹੜੇ ਬੈਨਡ ਆਈਟਮ ਨੇ ਉਹਨਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਦੇ ਲਈ ਔਰ ਇਸ ਤੋਂ ਵੀ ਹੋਰ ਖਤਰਨਾਕ ਅੱਜਕੱਲ ਜਿਹੜੇ ਕੰਮ ਲਈ ਲੋਕਾਂ ਨੂੰ ਯੂਜ਼ ਕੀਤਾ ਜਾਂਦਾ ਹੈ ਇਸ ਤਰ੍ਹਾਂ ਦੇ ਜਿਹੜੇ ਅ ਗਰੋਹ ਨੇ ਜਿਹੜਾ ਮਨੁੱਖੀ ਅੰਗ ਨੂੰ ਕੱਢ ਕੇ ਉਹਨਾਂ ਨੂੰ ਵੇਚਿਆ ਜਾਂਦਾ ਹੈ ਕਿਡਨੀਜ਼ ਹੋਈਆਂ ਹੋਰ ਅੰਗ ਹੋਏ ਔਰ ਇਹਦੇ ਨਾਲ ਨਾਲ ਸਰੋਗੇਸੀ ਬਾਰੇ ਤੁਸੀਂ ਸੁਣਿਆ ਹੋਣਾ ਹੈ ਹੂੰ ਇਹ ਇੱਕ ਨਵੀਂ ਇੰਡਸਟਰੀ ਚੱਲੀ ਹੈ ਜਿਹਦੇ ਵਿੱਚ ਔਰਤਾਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਬੱਚੇ ਪੈਦਾ ਕਰਨ ਦੇ ਲਈ ਦੂਸਰੇ ਕਪਲਸ ਦੇ ਲਈ ਜਿਹੜੇ ਬਹੁਤ ਵੱਡਾ ਜਿਹੜੇ ਬੱਚੇ ਨਹੀਂ ਪੈਦਾ ਕਰ ਸਕਦੇ ਬਹੁਤ ਜ਼ਿਆਦਾ ਕੀਮਤ ਦੇ ਕੇ ਉਹ ਇੱਕ ਔਰਤ ਨੂੰ ਕਿਰਾਏ ਤੇ ਲੈ ਕੇ ਉਹਦਾ ਵੋਮ ਬਿਊਜ਼ ਕਰਕੇ ਬੱਚੇ ਪੈਦਾ ਕਰਦੇ ਨੇ ਪਰ ਵੱਡਾ ਸਵਾਲ ਡਾਕਟਰ ਸਾਹਿਬ ਇਹ ਖੜਾ ਹੋ ਜਾਂਦਾ ਜੇ ਕਿ ਕੇਂਦਰੀ ਮੰਤਰੀ ਦੇ ਵੱਲੋਂ ਜਿਹੜਾ ਡਾਟਾ ਸਾਂਝਾ ਕੀਤਾ ਗਿਆ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ 20000 ਤੋਂ ਵੱਧੀਆਂ ਕੁੜੀਆਂ ਜੋ 18 ਸਾਲ ਤੋਂ ਘੱਟ ਨੇ ਉਹ ਦਿੱਲੀ ਦੀਆਂ ਨੇ ਤੇ 10000 ਤੋਂ ਜ਼ਾਦਾ ਕੁੜੀਆਂ ਜੰਮੂ ਦੀਆਂ ਨੇ ਤੇ ਉਸਦੇ ਨਾਲ ਹੀ ਸਿਟੀ ਬਿਊਟੀਫੁੱਲ ਚੰਡੀਗੜ ਦਾ ਨਾਂ ਵੀ ਸ਼ਾਮਲਾ ਦਾ ਤੇ ਚੰਡੀਗੜ ਦਾ ਜ਼ਿਕਰ ਹੁੰਦਾ ਕਿ ਚੰਡੀਗੜ ਦੀ ਵੀ ਲਗਭਗ 4000 ਕੁੜੀਆਂ ਨੇ ਜੋ 18 ਸਾਲ ਤੋਂ ਘਟ ਨੇ ਤੇ ਗਾਇਬ ਹੋ ਗਿਆ ਅੰਕਰ ਸਵਾਲ ਵੱਡਾ ਇਹ ਖੜਾ ਹੋ ਜਾਂਦਾ ਕਿ ਉਹ ਕਿਹੜੀ ਧਰਤੀ ਹੈ ਕਿਹੜੀ ਜ਼ਮੀਨ ਹੈ ਜਿੱਥੋਂ ਨਾ ਤਾਂ ਉਹਨਾਂ ਨੂੰ ਕੱਢਿਆ ਜਾ ਰਿਹਾ ਤੇ ਨਾ ਹੀ ਉਹਨਾਂ ਨੂੰ ਲੱਭਿਆ ਜਾ ਰਿਹਾ ਇਹ ਇੱਕ ਬੜੀ ਹੈਰਾਨੀਜਨਕ ਗੱਲ ਹੋ ਸਕਦੀ ਹੈ ਕਿ ਇੱਕ ਤਾਂ ਅਸੀਂ ਸੋਚਦੇ ਆ ਕਿ ਰਾਜਸਥਾਨ ਬਿਹਾਰ ਜਿਹੜੇ ਬਹੁਤ ਪਛੜੇ ਹੋਏ ਤੇ ਗਰੀਬ ਇਲਾਕੇ ਨੇ ਉਥੋਂ ਕੁੜੀਆਂ ਨੂੰ ਵੇਚਿਆ ਤੇ ਖਰੀਦਿਆ ਜਾਂਦਾ ਹੈ ਉਹ ਤਾਂ ਸਮਝ ਆਉਂਦੀ ਹੈ ਲੋਕਾਂ ਨੂੰ ਚੰਡੀਗੜ੍ਹ ਜਿਹੜਾ ਇੱਕ ਇਹਨਾਂ ਆਰਥਿਕ ਤੌਰ ਤੇ ਉੱਤੇ ਸੰਪੰਨ ਸ਼ਹਿਰ ਹੈਗਾ ਜਿੱਥੇ ਪੜ੍ਹਾਈ ਲਿਖੀ ਲਿਖਾਈ ਦਾ ਵੀ ਪੱਧਰ ਕਾਫੀ ਉੱਚਾ ਹੈ ਉਥੋਂ ਕੁੜੀਆਂ ਕਿਵੇਂ ਗਾਇਬ ਹੁੰਦੀਆਂ ਨੇ ਹੁਣ ਇਹਦੇ ਵਿੱਚ ਸਾਡਾ ਦੂਸਰਾ ਜਿਹੜਾ ਇੱਕ ਮੈਂ ਆਰਥਿਕ ਪਹਿਲੂ ਦੀ ਗੱਲ ਕੀਤੀ ਸੀ ਤੇ ਸਮਾਜਿਕ ਪਹਿਲੂ ਦੀ ਗੱਲ ਕੀਤੀ ਸੀ ਇੱਥੇ ਉਹ ਜ਼ਿਆਦਾ ਇੰਟਰਪਲੇ ਹੈਗਾ ਚੰਡੀਗੜ੍ਹ 'ਤੇ بڑے ਬੱਚੇ ਆਸ-ਪਾਸ ਦੇ ਪਿੰਡੂ ਇਲਾਕਿਆਂ ਤੋਂ ਤੇ ਲੋਅਰ ਮਿਡਲ ਕਲਾਸ ਇਲਾਕਿਆਂ ਤੋਂ ਪੜਨ ਦੇ ਲਈ ਆਉਂਦੇ ਨੇ ਜਦੋਂ ਇੱਥੇ ਆਉਂਦੇ ਨੇ ਕੁੜੀਆਂ ਵੀ ਉਹ ਇੱਥੇ ਦੀ ਚੱਕਰ ਚੋਂ ਦੇਖਦੀਆਂ ਨੇ ਉਹ ਦੇਖਦੀਆਂ ਕਿ ਇੱਥੇ ਪੈਸੇ ਵਾਲਿਆਂ ਦੇ ਬੱਚੇ ਜਿਹੜੇ ਸੀਨੀਅਰ ਆਫੀਸਰਸ ਦੇ ਬੱਚੇ ਮਨਿਸਟਰਾਂ ਦੇ ਜੁਡੀਸ਼ਰੀ ਦੇ ਬੱਚੇ ਜਿਹੜੇ ਇੱਥੇ ਨੇ ਉਹ ਵੱਡੀਆਂ-ਵੱਡੀਆਂ ਗੱਡੀਆਂ 'ਚ ਘੁੰਮਦੇ ਨੇ ਉਹ ਬੜੇ ਬ੍ਰਾਂਡਡ ਕੱਪੜੇ ਪਾਉਂਦੇ ਨੇ ਜੀ ਰੈਸਟੋਰੈਂਟਸ ਤੇ ਬਰਿਸ਼ਤਾ ਦੇ ਵਿੱਚ ਜਾਂਦੇ ਨੇ ਹੁਣ ਉਹਨਾਂ ਦੇ ਅੰਦਰ ਵੀ ਇੱਕ ਤਾਂਗ ਪੈਦਾ ਹੁੰਦੀ ਹੈ ਕਿ ਇਸ ਤਰ੍ਹਾਂ ਦੀ ਜ਼ਿੰਦਗੀ ਅਸੀਂ ਵੀ ਜੀਣੀ ਹੈ ਜੀ ਉਹ ਜ਼ਿੰਦਗੀ ਦੇ ਲਈ ਰਿਸੋਰਸਸ ਹੈ ਨਹੀਂ ਪੈਸੇ ਹੈ ਨਹੀਂ ਫਿਰ ਉਹਨਾਂ ਨੂੰ ਇਜ਼ੀ ਮਨੀ ਬਣਾਉਣ ਦਾ ਜੇ ਕੋਈ ਚਾਂਸਾ ਦਿੰਦਾ ਕੋਈ ਕਹਿੰਦਾ ਵੀ ਅਸੀਂ ਤੁਹਾਨੂੰ ਮਾਡਲਿੰਗ ਦੇ ਵਿੱਚ ਪਾ ਦੇਵਾਂਗੇ ਕੋਈ ਕਹਿੰਦਾ ਅਸੀਂ ਤੁਹਾਨੂੰ ਇਹਦੇ ਵਿੱਚ ਫਿਲਮਾਂ ਦੇ ਵਿੱਚ ਕੰਮ ਦੇ ਦੇਵਾਂਗੇ ਉਹ ਬੱਚੀਆਂ ਬਿਨਾਂ ਕਿਸੇ ਸੋਚ ਸਮਝ ਤੋਂ ਉਹਨਾਂ ਦੇ ਪਿੱਛੇ ਲੱਗਦੀਆਂ ਨੇ ਪੈਸੇ ਦੀ ਖਾਤਰ ਪੈਸਾ ਕਮਾਉਣ ਦੀ ਖਾਤਰ ਇੱਕ ਜਿਹੜਾ ਲਾਈਫ ਸਟਾਈਲ ਹੈ ਆਪਣੇ ਤੋਂ ਉੱਚਾ ਉਹਨੂੰ ਅਪਣਾਉਣ ਦੀ ਖਾਤਰ ਔਰ ਆਬਵੀਅਸਲੀ ਲੋਕ ਪਹਿਲਾ ਝੂਠੇ ਵਾਅਦੇ ਕਰਕੇ ਉਹਨਾਂ ਨੂੰ ਫਸਾਉਂਦੇ ਨੇ ਫਸਾ ਕੇ ਫਿਰ ਉਹਨਾਂ ਦੇ ਨਾਲ ਇਹ ਜੀ ਉਹ ਉਹਨਾਂ ਨੂੰ ਬਲੈਕਮੇਲ ਕਰਨ ਦਾ ਸਮਾਨ ਇਕੱਠਾ ਕਰ ਲੈਂਦੇ ਨੇ ਇਤਰਾਜ਼ਯੋਗ ਫੋਟੋਆਂ ਖਿੱਚ ਲੈਂਦੇ ਨੇ ਕਿ ਉਹ ਉਹਨਾਂ ਦੇ ਚੁੰਗਲ ਚੋਂ ਮੁੜ ਕੇ ਨਿਕਲ ਨਹੀਂ ਸਕਦੀਆਂ ਜੀ ਤੇ ਅਗਲੀ ਗੱਲ ਇਹ ਵੀ ਖੜੀ ਹੋ ਜਾਂਦੀ ਕਿ ਆਖਰ ਇਹ ਕੌਣ ਨੇ ਕਿਉਂਕਿ ਇੱਕ ਡੈਕ ਪੈਗਲਰ ਦੀ ਗੱਲ ਕਰੀ ਜਾਵੇ ਨਸ਼ਾ ਤਸਕਰੀ ਦੀ ਗੱਲ ਕਰੀ ਜਾਵੇ ਹਥਿਆਰ ਤਸਕਰੀ ਦੀ ਗੱਲ ਕੀਤੀ ਜਾਵੇ ਕਿ ਹਿਊਮਨ ਟ੍ਰੈਕਿੰਗ ਦੀ ਗੱਲ ਕੀਤੀ ਜਾਵੇ ਕਿ ਇਹ ਸਾਰਾ ਤਾਲਮੇਲ ਇੱਕ ਹੀ ਹੈ ਚਲਾਉਣ ਵਾਲਾ ਕੀ ਇੱਕੀ 그룹 ਹੈ ਜਾਂ ਕਿਸੇ ਨਾ ਕਿਸੇ ਵੱਡੇ ਤੰਤਰ ਦੇ ਨਾਲ ਇਹਨਾਂ ਦਾ ਨਾਂ जोडਿਆ ਹੋਇਆ ਸਭ ਤੋਂ ਜ਼ਿਆਦਾ ਪੈਸਾ ਸਾਰੀ ਦੁਨੀਆ 'ਚ ਨਾ ਕੇਵਲ ਹਿੰਦੁਸਤਾਨ ਦੇ ਵਿੱਚ ਤਿੰਨ ਚੀਜ਼ਾਂ ਦੇ ਵਿੱਚ ਹੈਗਾ ਜਿਸਮ ਫਿਰੋਸ਼ੀ ਡਰੱਗ ਤਸਕਰੀ ਤੇ ਆਪਣਾ ਹਥਿਆਰ ਵੇਚਣਾ ਹੋਰ ਇਹ ਇੰਨੇ ਖੈਲੇ ਹੋਏ ਨੇ ਇਨ੍ਹਾਂ ਲੋਕਾਂ ਦੇ ਟੈਂਟਿਕਲਸ ਕਿ ਇਹ ਨਾ ਕੇਵਲ ਮੁਲਕ ਦੇ ਪੱਧਰ ਦੇ ਉੱਤੇ ਫੈਲੇ ਹੋਏ ਨੇ ਅੰਤਰਰਾਸ਼ਟਰੀ ਅਗਰੋ ਨੇ ਇਹ ਹੂੰ ਔਰ ਉਹਨਾਂ ਦੇ ਕੋਲ ਪੈਸਾ ਵੀ ਬੜਾ ਹੈ ਇਹਨਾਂ ਨੂੰ ਫਿਸ਼ਾਉਣ ਦੇ ਲਈ ਪਹਿਲਾਂ-ਪਹਿਲਾਂ ਪੈਸਾ ਖਰਚਦੇ ਨੇ ਜੀ ਮੁੰਡਿਆਂ ਨੂੰ ਇਸਤੇਮਾਲ ਕਰਦੇ ਨੇ ਕੁੜੀਆਂ ਨੂੰ ਗਿਫਟਸ ਦਿੰਦੇ ਨੇ ਉਹਨਾਂ ਨੂੰ ਬੜੇ ਤਰ੍ਹਾਂ ਦੇ ਲਾਲਚ ਦਿੰਦੇ ਨੇ ਔਰ ਇੱਕ ਹੋਰ ਸੋਚਣ ਵਾਲੀ ਗੱਲ ਇਹ ਹੈ ਕਿ ਸਾਨੂੰ ਇਹ ਵੀ ਪਤਾ ਹੈ ਕਿ ਕਿੱਥੇ ਕਿੱਥੇ ਜਿਸਮ ਫਿਰੋਸ਼ੀ ਦੇ ਅੱਡੇ ਨੇ ਇਹ ਤਾਂ ਨਹੀਂ ਕਿ ਪੁਲਿਸ ਨੂੰ ਨਹੀਂ ਪਤਾ ਹੋ ਜਾਂ ਕਿਸੇ ਹੋਰ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਨਹੀਂ ਪਤਾ ਸਾਨੂੰ ਇਹ ਵੀ ਪਤਾ ਹੈ ਕਿ ਪੀਜੀਸ ਕਿੱਥੇ ਕਿੱਥੇ ਨੇ ਹੁਣ ਇੱਕ ਤੁਸੀਂ ਪੜ੍ਹੀ ਹੋਣੀ ਹੈ ਖਬਰ ਕੱਲ ਦੇ ਅਖਬਾਰ ਵਿੱਚ ਜਿਸੀ ਕੇ ਭਗਵਾੜੇ ਦੇ ਕੋਲ ਇੱਕ ਜਿਸਮ ਫਿਰੋਸ਼ੀ ਦਾ ਅੱਡਾ ਪਾਇਆ ਗਿਆ ਹੁਣ ਇਹ ਸਵਾਲ ਹੈ ਕਿ ਅਸੀਂ ਅੱਖਾਂ ਕਿਉਂ ਮੀਚਦੇ ਆਇਨਾ ਤੋਂ ਇਹਦਾ ਮਤਲਬ ਹੈ ਕਿ ਇਹਨਾਂ ਦੇ ਸਰਪ੍ਰਸਤ ਹੈਗੇ ਨੇ ਜਿਹੜੇ ਪਾਵਰਫੁੱਲ ਥਾਮਤੇ ਨੇ ਜਿਹੜੇ ਇਹਨਾਂ ਨੂੰ ਸੇਫ ਰੱਖਦੇ ਨੇ ਜੀ ਔਰ ਇੱਥੇ ਕਹਿੰਦੇ ਹੋਇਆ ਮੈਨੂੰ ਸ਼ਰਮ ਆ ਰਹੀ ਹੈ ਕਿ ਸਾਡੀ ਵਿਧਾਨ ਸਭਾ ਸਾਡੀ ਲੋਕ ਸਭਾ ਇਹਦੇ ਵਿੱਚ ਵੀ ਆંકੜੇ ਕਹਿੰਦੇ ਨੇ ਕਿ ਕਮ ਸੇ ਕਮ 50% ਸਾਡੇ ਸੰਸਦ ਦੇ ਮੈਂਬਰ ਤੇ ਸਾਡੇ ਪੋਲੀਟਿਸ਼ੀਅਨਸ ਦੇ ਖਿਲਾਫ ਕ੍ਰਿਮੀਨਲ ਕੇਸਸ ਦਰਜ ਨੇ ਜਿਦੇ ਵਿੱਚ ਮਰਡਰ ਤੋਂ ਲੈ ਕੇ ਔਰਤਾਂ ਦੇ ਖਿਲਾਫ ਜ਼ੁਲਮ ਦੇ ਕੇਸਸ ਨੇ ਫਿਰ ਦੱਸੋ ਕਿ ਇਸ ਤਰ੍ਹਾਂ ਦੇ ਸਿਸਟਮ ਤੋਂ ਅਸੀਂ ਕੀ ਉਮੀਦ ਰੱਖ ਸਕਦੇ ਹਾਂ ਤੁਸੀਂ ਇਸ ਮਸ਼ੀਨਰੀ ਦਾ ਹਿੱਸਾ ਰਹੇ ਹੋ ਜੇ ਮੈਂ ਗੱਲ ਕਰਾਂ ਤੁਹਾਡੀ ਤਾਂ ਤੁਸੀਂ ਇੱਕ ਪੀਸੀਐਸ ਅਫਸਰ ਰਟਾਇਰਡ ਅਫਸਰ ਹੋ ਜਾਂ ਚਿੰਤਕ ਹੋ ਲੇਖਕ ਹੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਇੱਕ ਮਨੋਵਿਗਿਆਨੀ ਵੀ ਹੋ ਤੁਸੀਂ ਉਹਨਾਂ ਮਾਇਨਾ ਨੂੰ ਰੀਡ ਜ਼ਰੂਰ ਕਰ ਦਿਓ ਉਹਨਾਂ ਇਲਾਕਿਆਂ ਦੇ ਵਿੱਚ ਉਹਨਾਂ ਲੋਕਾਂ ਤੱਕ ਤੁਹਾਡੀ ਆਮ ਪਹੁੰਚ ਕਿ ਇਸ ਮਸ਼ੀਨਰੀ ਦੇ ਵਿੱਚ ਕਿਤੇ ਨਾ ਕਿਤੇ ਫਿਰ ਕੋਈ ਘਾਟ ਹੈ ਜਾਂ ਲਾਨ ਆਰਡਰ ਕਿਤੇ ਨਾ ਕਿਤੇ ਕਮਜ਼ੋਰ ਹੈ ਬੇਸ਼ੱਕ ਹੈ ਬੇਸ਼ੱਕ ਹੈ ਅਸੀਂ ਕਾਨੂੰਨ ਬਣਾਉਣ ਦੇ ਵਿੱਚ ਤਾਂ ਬੜੇ ਚੇਤਨਾ ਅਸੀਂ ਪੋਕਸ਼ੋ ਕਾਨੂੰਨ ਬਣਾਇਆ ਬਹੁਤ ਵਧੀਆ ਹੈਗਾ ਅਸੀਂ ਹੋਰ ਕਾਨੂੰਨ ਬਣਾਏ ਨੇ ਬੰਦਵਾ ਮਜ਼ਦੂਰੀ ਦੇ ਖਿਲਾਫ ਵੀ ਕਾਨੂੰਨ ਬਣਾਇਆ ਹੈ ਅਸੀਂ ਔਰਤਾਂ ਦੇ ਲਈ ਸੈਂਟਰ ਵੀ ਬਣਾਏ ਨੇ ਜਿੱਥੇ ਉਹ ਮਦਦ ਲਈ ਜਾ ਸਕਦੇ ਨੇ ਹਮ ਪਰ ਗੱਲ ਇਹ ਹੈ ਕਿ ਉਹ ਇੰਪਲੀਮੈਂਟ ਕਦੋਂ ਹੁੰਦੇ ਨੇ ਔਰ ਜਿਹੜੇ ਲੋਕ ਸਫ ਗੁਨਾਹ ਕਰਕੇ ਨਿਕਲ ਜਾਂਦੇ ਨੇ ਉਹਨਾਂ ਦੇ ਪਿੱਛੇ ਕਿਹਦਾ ਹੱਥ ਹੈ ਉਹ ਕਾਨੂੰਨ ਬੇਕਾਰ ਨੇ ਜਦ ਤੱਕ ਅਸੀਂ ਉਹਨਾਂ ਨੂੰ ਇੰਪਲੀਮੈਂਟ ਨਹੀਂ ਕਰਦੇ ਹਮ ਕੁੜੀਆਂ ਨੂੰ ਔਰਤਾਂ ਨੂੰ ਬਚਾਉਣ ਦੇ ਲਈ ਸਾਨੂੰ ਕਾਨੂੰਨ ਇੰਪਲੀਮੈਂਟ ਕਰਨੇ ਪੈਣੇ ਆ ਸਾਨੂੰ ਓਨੈਸਟਲੀ ਇੰਟੈਂਸ਼ਨ ਦੇ ਨਾਲ ਕਿ ਕੋਈ ਵੀ ਇਸ ਕਾਨੂੰਨ ਤੋਂ ਬਚੇਗਾ ਨਹੀਂ ਅਸੀਂ ਸਾਨੂੰ ਉਹ ਲਾਗੂ ਕਰਨਾ ਪੈਣਾ ਪਰ ਜੇ ਸਾਡੇ ਜੇ ਬਾੜੀ ਖੇਤ ਨੂੰ ਖਾਊਗੀ ਤਾਂ ਉਹਨੂੰ ਬਚਾਊਗਾ ਕੌਣ ਔਰ ਦੂਸਰਾ ਸਾਨੂੰ ਸਮਾਜਿਕ ਚੇਤਨਾ ਲਿਆਉਣੀ ਪੈਣੀ ਹੈ ਕਿ ਸ਼ਰਮ ਦੇ ਮਾਰੇ ਇਨ੍ਹਾਂ ਗੱਲਾਂ ਨੂੰ ਇਦਾਂ ਦੇ ਬਾਰੇ ਚੁੱਪ ਕਰਨ ਦੀ ਬਜਾਏ ਜਿੰਨਾ ਵੀ ਪਰਿਵਾਰਾਂ ਦੇ ਨਾਲ ਇਹ ਕੁਝ ਹੁੰਦਾ ਹੈ ਉਹਨਾਂ ਨੂੰ ਖੜੇ ਹੋ ਕੇ ਗੁਹਾਰ ਕਰਨੀ ਪਊਗੀ ਕਿ ਅਸੀਂ ਇਹ ਨਿਆਂ ਲੈ ਕੇ ਹਟਣਾ ਮੋਸਟਲੀ ਸ਼ਰਮਿੰਦੇ ਹੋਏ ਮਾਪੇ ਗੱਲਬਾਰ ਕੱਢਦੇ ਨਹੀਂ ਜਿੱਥੇ ਇਦਾਂ ਦੇ ਹਾਦਸੇ ਹੁੰਦੇ ਜੇਕਰ ਮਾਪਿਆਂ ਦੀ ਗੱਲ ਕੀਤੀ ਜਾਵੇ ਕਿ ਮਾਪਿਆਂ ਦੇ ਵੱਲੋਂ ਜਿਹੜੀ ਅਵੇਅਰਨੈਸ ਹੈ ਉਸ ਦੇ ਵਿੱਚ ਕਿਤੇ ਕਮੀ ਹੈ ਜਾਂ ਕਿਤੇ ਨਾ ਕਿਤੇ ਜਿਹੜਾ ਆਪਸੀ ਤਾਲਮੇਲ ਹੈ ਜਿਹੜੀ ਆਪਸੀ ਕਹਾਣੀ ਹੈ ਆਪਸੀ ਗੱਲਬਾਤ ਹੈ ਇੱਕ ਦੂਜੇ ਦੇ ਨਾਲ ਰابطਾ ਹੈ ਉਸ ਦੇ ਵਿੱਚ ਕਿਤਨੇ ਕਿਤੇ ਕਮੀ ਹੈ ਬਿਲਕੁਲ ਕਮੀ ਹੈ ਔਰ ਬਹੁਤ ਗਹਿਰੀ ਕਮੀ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਨੈਤਿਕ ਕੀਮਤਾਂ ਕਦਰਾਂ ਮੁੜ ਕੇ ਸੰਜੀਵ ਕਰਨ ਦੀ ਲੋੜ ਹੈ ਸਾਡੇ ਸਮਾਜ ਦੀਆਂ ਨੈਤਿਕ ਕਦਰਾਂ ਕੀਮਤਾਂ ਮਰ ਚੁੱਕੀਆਂ ਨੇ ਨਾ ਸੀ ਉਹਨਾਂ ਦੀ ਗੱਲ ਸਕੂਲ 'ਚ ਕਰਦੇ ਆ ਨਾ ਘਰ ਕਰਦੇ ਆ ਸਕੂਲ ਚ ਵੀ ਅਵੇਰਨੈਸ ਈ ਲੋੜ ਹੈ ਬੱਚਿਆਂ ਲਈ ਕਿ ਉਹਨਾਂ ਨੂੰ ਕਿਸ-ਕਿਸ ਤਰ੍ਹਾਂ ਲਈ ਫਸਾਇਆ ਜਾ ਸਕਦਾ ਹੈ ਔਰ ਕਰ ਦੇ ਵਿੱਚ ਜਿਹੜੀ ਇੱਕ ਅਸੀਂ ਮਟੀਰੀਅਲਿਜ਼ਮ ਦੀ ਦੌੜ ਦੇ ਪਿੱਛੇ ਲੱਗ ਗਏ ਆ ਉਹਦੇ ਪਿੱਛੇ ਮਾਪੇ ਵੀ ਲੱਗੇ ਹੋਏ ਨੇ ਉਹਦੇ ਪਿੱਛੇ ਕੁੜੀਆਂ ਵੀ ਕਹਿੰਦੀਆਂ ਨੇ ਵੀ ਸਾਨੂੰ ਪੈਸਾ ਚਾਹੀਦਾ ਜਿਸ ਮਰਜ਼ੀ ਕੀਮਤ ਦੇ ਉੱਤੇ ਸਾਨੂੰ ਮਿਲੇ ਉਹ ਮਾਪਿਆਂ ਨੂੰ ਇੱਕ ਐਸੀ ਐਗਜ਼ੈਂਪਲਰੀ ਆਪਣਾ ਤਰੀਕੇ ਦੇ ਨਾਲ ਬੱਚਿਆਂ ਦੇ ਸਾਹਮਣੇ ਇਹ ਗੱਲ ਰੱਖਣੀ ਚਾਹੀਦੀ ਹੈ ਕਿ ਮਟੀਰੀਅਲ ਚੀਜ਼ਾਂ ਇੰਨੀਆਂ ਜ਼ਰੂਰੀ ਨਹੀਂ ਜਿਹਦੇ ਪਿੱਛੇ ਅਸੀਂ ਆਪਣਾ ਦੀਨ ਇਮਾਨ ਖੋ ਦਈਏ ਔਰ ਨਾਲ ਹੀ ਮਾਪਿਆਂ ਦਾ ਇੰਨਾ ਕੁ ਰਾਫਤਾ ਹੋਣਾ ਚਾਹੀਦਾ ਕੁੜੀਆਂ ਦੇ ਨਾਲ ਜੇ ਉਹ ਕਿਸੇ ਮੁੰਡੇ ਨੂੰ ਪਸੰਦ ਵੀ ਕਰਦੀ ਹੈ ਕਿਉਂਕਿ ਬਹੁਤ ਵਾਰ ਮੁੰਡਿਆਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਉਹਨਾਂ ਨੂੰ ਚੁੱਠਲਾ ਕੇ ਆਪਣੇ ਚੁੰਗਲ ਦੇ ਵਿੱਚ ਫਸਾਉਣ ਦੇ ਲਈ ਤੇ ਉਹਨਾਂ ਨੂੰ ਸੁਨਹਿਰੇ ਸਪਣੇ ਦਿਖਾਉਣ ਦੇ ਲਈ ਤਾਂ ਉਹ ਆਕੇ ਆਪਣੀ ਮਾਂ ਨਾਲ ਗੱਲ ਕਰ ਸਕਣ ਦੱਸ ਸਕਣ ਕਿ ਮੇਰੀ ਇਹ ਫਲਾਣੇ ਮੁੰਡੇ ਨਾਲ ਦੋਸਤੀ ਹੈ ਹੁੰਦਾ ਹੈ ਕਿ ਸਾਰੇ ਬੱਚੇ ਇਹ ਜੀ ਗੱਲ ਕਰਦੇ ਨਹੀਂ ਬੁੰਡੇ ਫੇਰ ਵੀ ਕਰ ਲੈਣਗੇ ਕੁੜੀਆਂ ਦੀ ਤਾਂ ਬਿਲਕੁਲ ਹੀ ਸੁਣਨ ਨੂੰ ਕੋਈ ਤਿਆਰ ਨਹੀਂ ਨਾ ਉਹਨੂੰ ਤਾਂ ਉਦੋਂ ਹੀ ਕੁੱਟ ਕੇ ਸਕੂਲ ਚੋਂ ਕੱਢ ਕੇ ਕਮਰੇ 'ਚ ਬੰਦ ਕਰ ਦਿੱਤਾ ਜਾਊਗਾ ਯਾਨੀ ਕਹਿਣ ਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਜਿਹੜਾ ਆਪਸੀ ਰابطਾ ਹੈ ਉਸ ਦੇ ਵਿੱਚ ਕਿਤੇ ਨਾ ਕਿਤੇ ਕਮੀ ਹੈ ਬਹੁਤ ਕਮੀ ਹੈ ਜੇ ਗੱਲ ਕੀਤੀ ਜਾਵੇ ਸਕਾਟ ਸਰਵਿਸ ਦੀ ਅੱਜਕੱਲ ਇੱਕ ਵੱਡਾ ਨਾਂ ਹੈ ਇਹ ਹਿਊਮਨ ਟਰੈਕਿੰਗ ਦਾ ਬਦਲ ਹੈ ਜਾਂ ਕਿਤੇ ਨਾ ਕਿਤੇ ਇੱਕ ਨਵੀਂ ਸਰਵਿਸ ਨੂੰ ਕੀਤੀ ਜਾ ਰਹੀ ਹੈ ਇਹਦੇ 'ਚ ਅਸੀਂ ਇੱਕ ਬੜਾ ਸੋਫਿਸਟੀਕੇਟਿਡ ਜਾਂ ਵੈਸਟਰਨ ਨਾਂ ਦਿੱਤਾ ਹੈਗਾ ਇਹਨੂੰ ਸਕਾਟ ਸਰਵਿਸ ਤੇ ਹੈ ਤੇ ਇਹ ਇੱਕ ਬਹੁਤ ਕਟਿਆ ਜਿਹਨੂੰ ਕਹਿੰਦੇ ਆ ਚਿਹਰਾ ਹੈਗਾ ਇਹ ਵੀ ਜਿਸਮ ਫਰੋਸ਼ੀ ਦਾ ਅ ਕੈਪੀਟਲਿਜ਼ਮ ਦੀਆਂ ਬੜੀਆਂ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਕਿ ਨੌਣੀਆਂ ਨੇ ਕਿ ਉਹ ਪੈਸਾ ਬਣਾਉਣ ਦੇ ਲਈ ਕੋਈ ਵੀ ਹਥਿਆਰ ਇਸਤੇਮਾਲ ਕਰਨ ਨੂੰ ਰਾਜ਼ੀ ਹੈ ਹਮ ਸੋ ਜਿੱਥੇ ਪਹਿਲਾਂ ਆਪਣੇ ਬਾਇਰਸ ਨੂੰ ਜਿਹੜਾ ਇੱਕ ਮੈਨੂਫੈਕਚਰਰ ਹੈ ਜਾਂ ਇੱਕ ਸਰਮਾਇਦਾਰ ਹੈ ਉਹ ਬਹੁਤ ਵੱਡੀਆਂ-ਵੱਡੀਆਂ ਫੀਸ ਟੌਫਰ ਕਰਦਾ ਸੀ ਖਾਣੇ ਆਫਰ ਕਰਦਾ ਸੀ ਉਹਦੇ ਚ ਉਸ ਮੈਨੂ ਦੇ ਵਿੱਚ ਇੱਕ ਆਈਟਮ ਹੋਰ ਐਡ ਹੋ ਗਿਆ ਉਹ ਹੈਗੇ ਸਕੋਰਟਸ ਸੋ ਉਹ ਜਿੱਥੇ ਡੀਲਸ ਵਗੈਰਾ ਕਰਨ ਦੇ ਲਈ ਪਾਰਟੀਆਂ ਦਿੰਦੇ ਨੇ ਉਹਦੇ ਵਿੱਚ ਉਹ ਕੁੜੀਆਂ ਨੂੰ ਐਸ ਸਕੋਰਟਸ ਬੁਲਾਉਂਦੇ ਨੇ ਆਪਣੇ ਮਹਿਮਾਨਾਂ ਨੂੰ ਐਂਟਰਟੇਨ ਕਰਨ ਲਈ ਉਹਨਾਂ ਦਾ ਮਨ ਬਹਿਲਾਉਣ ਲਈ ਇੱਕ ਤੇ ਇਹ ਪਹਿਲੂ ਹੈ ਸਕਾਟ ਸਰਵਿਸ ਜਿਨੂੰ ਅਸੀਂ ਕਹਿੰਦੇ ਹਾਂ ਦੂਜਾ ਹੈਗਾ ਕਿ ਜਿਹੜੇ ਪੈਸੇ ਵਾਲੇ ਲੋਕ ਨੇ ਜਿਹੜੇ ਅਫੋਰਡ ਕਰ ਸਕਦੇ ਆਂ ਔਰ ਬਿਜ਼ਨਸ ਦੇ ਉੱਤੇ ਟਰੈਵਲ ਕਰਦੇ ਨੇ ਬਾਹਰ ਅੰਦਰ ਆਉਂਦੇ ਜਾਂਦੇ ਨੇ ਉਹ ਆਪਣੀਆਂ ਸ਼ਾਮਾਂ ਨੂੰ ਦਿਲਚਸਪ ਬਣਾਉਣ ਦੇ ਲਈ ਕੁੜੀਆਂ ਨੂੰ ਹਾਇਰ ਕਰਦੇ ਨੇ ਉਹਨਾਂ ਨੂੰ ਵੀ ਉਹਨਾਂ ਨੂੰ ਘੁੰਮਣ ਲੈ ਕੇ ਜਾਂਦੇ ਨੇ ਉਹਨਾਂ ਦੇ ਨਾਲ ਟਰੈਵਲ ਕਰਦੇ ਨੇ ਉਹਨਾਂ ਨੂੰ ਵੀ ਅਸੀਂ ਸਕਾਟਸ ਕਹਿ ਦਨੇ ਆ ਹੁਣ ਇਹ ਕੁੜੀਆਂ ਜਿਹੜੀਆਂ ਨੇ ਇਹ ਮੈਂ ਜਿਹੜੀ ਲੋਅਰ ਮਿਡਲ ਕਲਾਸ ਦੀ ਗੱਲ ਕਰ ਰਹੀ ਸੀ ਇਹ ਕੁੜੀਆਂ ਪੜੀਆਂ ਲਿਖੀਆਂ ਹੋਣੀਆਂ ਚਾਹੀਦੀਆਂ ਨੇ ਔਰ ਇਹ ਕੁੜੀਆਂ ਸਮਾਰਟ ਤੇ ਵੈਲ ਟਰਨਡ ਆਊਟ ਹੋਣੀਆਂ ਚਾਹੀਦੀਆਂ ਨੇ ਇਸ ਕਰਕੇ ਇਹ ਉਹ ਸਬਕੇ ਤੋਂ ਆਉਂਦੀਆਂ ਨੇ ਜਿੱਥੇ ਇਹਨਾਂ ਦੇ ਕੋਲ ਬੇਸਿਕ ਪੜਾਈ ਵੀ ਹੈਗੀ ਇਹਨਾਂ ਦੀ ਸ਼ਕਲ ਵੀ ਚੰਗੀ ਹੈ ਮੇਕਅਪ ਕਰਨਾ ਜਾਣਦੀਆਂ ਨੇ ਪਰ ਅੰਦਰ ਪੈਸਾ ਬਣਾਉਣ ਦੀ ਹਸਰਤ ਹੈ ਹੂੰ ਈਜ਼ੀ ਮਨੀ ਦੀ ਹਸਰਤ ਹੈ ਫਾਈਵ ਸਟਾਰ ਮਹੋਟਲਾਂ ਚ ਜਾ ਕੇ ਰਹਿਣ ਦੀ ਹਸਰਤ ਹੈ ਵੱਡੀਆਂ ਕਾਰਾਂ ਤੇ ਬਾਹਰ ਜਾ ਕੇ ਘੁੰਮਣ ਦੀ ਹਸਰਤ ਹੈ ਹੂੰ ਜਾਂ ਫਿਰ ਇਹ ਗੀਆਂ ਵੀ ਵਿੱਚੋਂ ਹੈਗੀਆਂ ਜਿਨ੍ਹਾਂ ਨੂੰ ਟਰੈਪ ਕਰਕੇ ਧੋਖੇ ਦੇ ਨਾਲ ਪਹਿਲਾਂ ਵਿਆਹ ਕਰਾਉਣ ਦਾ ਲਾਲਚ ਦੇ ਕੇ ਜਾਂ ਕੋਈ ਹੋਰ profession ਵਿੱਚ ਪਾਉਣ ਦਾ ਲਾਲਚ ਦੇ ਕੇ ਉਹਨਾਂ ਤੋਂ ਇਹ ਕੰਮ ਕਰਾਇਆ ਜਾਂਦਾ ਹੈ ਜੇਕਰ ਗੱਲ ਕੀਤੀ ਜਾਵੇ ਹਿਊਮਨ ਟਰੈਫਿਕਿੰਗ ਦੀ ਤਾਂ ਹਿਊਮਨ ਟਰੈਫਿਕਿੰਗ ਦੇ ਵਿੱਚ ਕੀ ਤੁਸੀਂ ਮੰਨਦੇ ਹੋ ਕਿ ਮੁੰਡਿਆਂ ਦਾ ਜਿਹੜਾ ਹਿੱਸਾ ਹੈ ਉਹ ਕਿਤੇ ਨਾ ਕਿਤੇ ਇਹਨਾਂ ਕੁੜੀਆਂ ਨੂੰ ਯਾ ਇਹ ਕਹਿ ਲਈਏ ਕਿ ਜਿਹੜੀ ਵਰਨਰੇਬਲ ਕੁੜੀਆਂ ਨੇ ਉਹਨਾਂ ਨੂੰ ਕੈਚ ਕਰਨ ਦੇ ਵਿੱਚ ਵੱਡਾ ਹਿੱਸਾ ਹੈ ਕਿੰਗ ਪੀ ਨਹੀਂ ਸਾਰੇ ਬੰਦੇ ਨਹੀਂ ਕਿਉਂਕਿ ਰੈਕਟਸ ਤਾਂ ਉਹ ਹੀ ਚਲਾਉਂਦੇ ਨੇ ਔਰ ਉਹ ਯੰਗ ਮੁੰਡਿਆਂ ਨੂੰ ਇਸਤੇਮਾਲ ਕਰਦੇ ਨੇ ਕੁੜੀਆਂ ਨਾਲ ਦੋਸਤੀ ਕਰਨ ਦੇ ਲਈ ਕੁੜੀਆਂ ਨੂੰ ਚਾਂਸੇ ਦੇਣ ਲਈ ਉਹਨਾਂ ਦੇ ਨਾਲ ਨਕਲੀ ਅਫੇਅਰ ਚਲਾਉਣ ਦੇ ਲਈ ਉਹਨਾਂ ਨੂੰ ਸ਼ਾਦੀ ਦਾ ਪ੍ਰਲੋਭਨ ਦੇਣ ਦੇ ਲਈ ਸੂਚ ਚਲਾਉਂਦੇ ਤਾਂ ਬੰਦੇ ਹੀ ਨੇ ਇਹ ਰੈਕਟ ਜਿੱਕਰੇ ਰੈਕਟ ਦੀ ਗੱਲ ਕੀਤੀ ਜਾਵੇ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਹ ਨੈਸ਼ਨਲ ਲੈਵਲ ਤੇ ਨਹੀਂ ਸਗੋਂ ਇੰਟਰਨੈਸ਼ਨਲ ਲੈਵਲ ਤੇ ਵੱਡਾ ਲੈਵਲ ਹੈ ਕਿ ਇਹ ਇੱਕ ਵੱਡਾ ਰੈਕਟ ਬਣਿਆ ਹੋਇਆ ਹੈ ਇੱਕ ਵੱਡਾ ਸਰਮਾਇਆ ਬਣਿਆ ਹੋਇਆ ਹੈ ਤੇ ਇਹਨਾਂ ਨੂੰ ਸਪੋਰਟ ਕੌਣ ਕਰ ਰਿਹਾ ਹੈ ਕਿ ਪੋਲੀਟੀਸ਼ਨ ਜਾਂ ਪ੍ਰਸ਼ਾਸਨ ਇਨਾਂ ਦੇ ਉੱਤੇ ਦੋਨਾਂ ਦਾ ਹੀ ਹੱਥ ਹੈ ਉਸ ਦੇ ਬਿਨਾ ਇਹ ਚੱਲ ਨਹੀਂ ਸਕਦਾ ਕੋਈ ਵੀ ਇੰਨੇ ਵੱਡੇ ਪੱਧਰ ਦਾ ਰੈਕਟ ਨਾ ਤਾਂ ਲੋਕਲ ਲੈਵਲ ਤੇ ਚੱਲ ਸਕਦਾ ਨਾ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਚੱਲ ਸਕਦਾ ਜੇ ਇਹ ਚੱਲਦਾ ਹੈ ਤਾਂ ਇਹਦਾ ਮਤਲਬ ਹੈ ਕਿ ਕਰਪਸ਼ਨ ਵੀ ਇਹਦੇ ਵਿੱਚ ਇੱਕ ਹਿੱਸਾ ਪਾਉਂਦੀ ਹੈ ਜਿਹਦੇ ਕਰਕੇ ਪ੍ਰਸ਼ਾਸਨ ਤੇ ਜਿਹੜੀਆਂ ਲੀਗਲ ਅਥਾਰਟिटीज ਨੇ ਉਹ ਦੂਜੇ ਪਾਸੇ ਦੇਖਤੀਆਂ ਨੇ ਜਾਂ ਫੇਕ ਪੇਪਰਸ ਵੀ ਬਣ ਦੇਨੇ ਲੋਕਾਂ ਨੂੰ ਬਾਹਰ ਪੇਜੈਂਟ ਦੇ ਲਈ ਕਬੂਤਰਬਾਜ਼ੀ ਆਪਾਂ ਜੀ ਨੂੰ ਕਹਿੰਦੇ ਆ ਤੇ ਉਹਦੇ ਬਿਨਾ ਤਾਂ ਇਹ ਚੱਲ ਹੀ ਨਹੀਂ ਸਕਦਾ ਸਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਵੱਡਾ ਡਰੱਗਸ ਦਾ ਇੱਕ ਸੰਤਾਪ ਆਇਆ ਹੈ ਉਹਦੇ ਪਿੱਛੇ ਪੋਲਿਟਿਸ਼ੀਅਨਸ ਤੇ ਪੁਲਿਸ ਪੂਰੀ ਤਰ੍ਹਾਂ ਸ਼ਾਮਿਲ ਸੀਗੇ ਸੋ ਐਸੇ ਤਰੀਕੇ ਦੇ ਨਾਲ ਜਿਹੜੇ ਵੀ ਕੋਈ ਇਸ ਤਰ੍ਹਾਂ ਦੇ ਰੈਕਟ ਚੱਲਦੇ ਨੇ ਉਹ ਬਿਨਾਂ ਪ੍ਰਸ਼ਾਸਨ ਦੇ ਬਿਨਾਂ ਸਿਆਸਤ ਦੀ ਸਰਪ੍ਰਸਤੀ ਦੇ ਨਹੀਂ ਚੱਲ ਸਕਦੇ ਸਫਗਤ ਜੇਕਰ ਗੱਲ ਕੀਤੀ ਜਾਵੇ ਇਸ ਤਸਕਰੀ ਦੀ ਚਾਹੇ ਹਿਊਮਨ ਟਰੈਫਿਕਿੰਗ ਦੀ ਗੱਲ ਹੋਵੇ ਚਾਹੇ ਉਹ ਨਸ਼ਾ ਤਸਕਰੀ ਦੀ ਗੱਲ ਹੋਵੇ ਚਾਹੇ ਉਹ ਹਥਿਆਰ ਤਸਕਰੀ ਦੀ ਗੱਲ ਹੋਵੇ ਕਿ ਇਹਨਾਂ ਦਾ ਜਿਹੜਾ ਲੈਂਡ ਡੈਨ ਕਰਨ ਵਾਲਾ ਹੈ ਜਾਂ ਇਹ ਕਹ ਲਈਏ ਕਿ ਜਿਹੜਾ ਇਹਨਾਂ ਦਾ ਕਿੰਗ ਪਿੰ ਹੈ ਕਿ ਉਹ ਵੈਸਟਰਨ ਕਲਚਰ ਹੈ ਜਾਂ ਕਿਤੇ ਨਾ ਕਿਤੇ ਹਿੰਦੁਸਤਾਨ ਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਕਿੰਗ ਪਿੰਡ ਮੌਜੂਦ ਹੈ ਜਿਹੜਾ ਕਿਤੇ ਨਾ ਕਿਤੇ ਇੱਥੋਂ ਦੀ ਜਿਹੜੀ ਆਬਾਦੀ ਹੈ ਉਸ ਨੂੰ ਉੱਥੇ ਟਰਾਂਸਪੋਰਟ ਕਰ ਰਿਹਾ ਮੇਰੇ ਖਿਆਲ ਹੈ ਹਰ ਚੀਜ਼ ਦੇ ਲਈ ਵੈਸਟ ਤੇ ਤੋਂ ਮਤਲਬ ਲਾਉਣੀ ਕੋਈ ਸਾਨੂੰ ਮਦਦ ਨਹੀਂ ਕਰੂਗੀ ਸਾਨੂੰ ਆਪਣੇ ਅੰਦਰ ਚਾਖਣਾ ਅਸੀਂ ਕਿੱਥੇ ਕਮਜ਼ੋਰ ਹਾਂ ਸਾਡੇ ਇੱਥੇ ਕੋਈ ਘਟ ਥੋੜੀ ਹੈਗੀ ਹੈ ਚੋਰ ਬਜ਼ਾਰੀ ਤੇ ਕਰਪਸ਼ਨ ਕਿ ਅਸੀਂ ਵੈਸਟ ਵੱਲ ਦੇਖੀਏ ਪਹਿਲਾਂ ਅਸੀਂ ਆਪਣਾ ਘਰ ਸਾਫ਼ ਕਰੀਏ ਜੇ ਅਸੀਂ ਸਾਫ਼ ਸੁਥਰੇ ਹੋਏਗੇ ਜੇ ਸਾਡੀ ਇੰਟੈਂਸ਼ਨ ਹੋਵੇ ਕਿ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਬਚਾ ਕੇ ਰੱਖਣਾ ਤੇ ਕੋਈ ਨਹੀਂ ਸਾਨੂੰ ਐਕਸਪਲੋਇਟ ਕਰ ਸਕਦਾ ਜੇਕਰ ਗੱਲ ਕੀਤੀ ਜਾਵੇ ਹਿਊਮਨ ਟ੍ਰੈਫਿਕਿੰਗ ਨੂੰ ਨਸ਼ਾ ਤਸਕਰੀ ਨੂੰ ਜਾਂ ਹਥਿਆਰ ਤਸਕਰੀ ਨੂੰ ਨਾt ਪਾਉਣ ਦੀ ਕਿ ਇਸ ਦੇ ਲਈ ਅਵੇਅਰਨੈਸ ਜ਼ਰੂਰੀ ਆ ਜਾਂ ਕਿਤੇ ਨ ਕਿਤੇ ਇਹ ਕਿੰਗਪੀਨ ਨੂੰ ਨਾt ਪਾਉਣ ਦੇ ਲਈ ਲ ਸਟ੍ਰਿਕਟ ਹੋਣਾ ਜ਼ਰੂਰੀ ਹੈ ਜਿਵੇਂ ਮੈਂ ਦੱਸਿਆ ਕਿ ਆਪਣੇ ਇਹਦੀ ਇੱਕ ਬਹੁਪੱਖੀ ਸਮੱਸਿਆ ਹੈ ਉਹ ਸਾਰੇ ਪੱਖਾਂ ਵੱਲੋਂ ਸਾਨੂੰ ਇਹਨੂੰ ਸਮਝਣਾ ਪਊਗਾ ਔਰ ਸਭ ਤੋਂ ਪਹਿਲ ਗੱਲ ਤੋਂ ਸ਼ੁਰੂ ਹੋਊਗੀ ਕਿ ਪਹਿਲਾਂ ਤਾਂ ਉਤੋਂ ਲਾਅਜ਼ ਇੰਪਲੀਮੈਂਟ ਹੋਣ ਲਾਅ ਐਂਡ ਆਰਡਰ ਸਾਡਾ ਉਹ ਇੰਪਲੀਮੈਂਟ ਕਰੇ ਇਹਨਾਂ ਚੀਜ਼ਾਂ ਨੂੰ ਔਰ ਜੇ ਜਿੱਥੇ ਤੱਕ ਉਹ ਨਹੀਂ ਕਰ ਸਕਦਾ ਤਾਂ ਮੈਂ ਚਾਹੁੰਦੀ ਹਾਂ ਕਿ ਇੱਕ ਇਹਦੀ ਜਨ ਲਹਿਰ ਬਣੇ ਏਟਲੀਸਟ ਮਾਪਿਓ ਜਿਹੜੇ ਨੇ ਉਹ ਤਾਂ ਉੱਠਣ ਉਹ ਤਾਂ ਇਸ ਦੇ ਬਾਰੇ ਸਟੈਪਸ ਲੈਂਡ ਜਿੰਨਾ ਉਹ ਕਰ ਸਕਦੇ ਨੇ ਉਹ ਤਾਂ ਕਰਨ ਸਕੂਲ ਤੇ ਇਸ ਗੱਲ ਦੇ ਬਾਰੇ ਬੱਚਿਆਂ ਨੂੰ ਅਵੇਅਰ ਕਰਨ ਜੋ ਅਸੀਂ ਕਰ ਸਕਦੇ ਹਾਂ ਅਸੀਂ ਉਹ ਤਾਂ ਕਰੀਏ ਔਰ ਮਾਪਿਓ ਬੱਚਿਆਂ ਨੂੰ ਕੁੜੀਆਂ ਨੂੰ ਡਰਾਉਣ ਦੀ ਬਜਾਏ ਉਹਨਾਂ ਨੂੰ ਸਮਝਾਉਣ ਵੱਲ ਜ਼ਿਆਦਾ ਜਾਣ ਇਹ ਜਿਹੜੀ ਈਜ਼ੀ ਮਨੀ ਬਣਾਉਣ ਦੀ ਇੱਕ ਰੇਸ ਲੱਗੀ ਹੋਈ ਹੈ ਸਾਡੇ ਮੁਲਕ ਦੇ ਵਿੱਚ ਉਹ ਬੱਚੇ ਮਾਪਿਓ ਵਿੱਚ ਵੀ ਦੇਖਦੇ ਨੇ ਕਿ ਉਹ ਕੋਈ ਵੀ ਹਥਾ ਬਾਹਤਕੰਡਾ ਅਪਣਾਰੇ ਨੇ ਪੈਸਾ ਬਣਾਉਣ ਦੇ ਲਈ ਉਸ ਨੂੰ ਖਤਮ ਕਰੀਏ ਉਹ ਦੋ ਅੱਗੇ ਬੜੀਆਂ ਹੋਰ ਚੀਜ਼ਾਂ ਨੇ ਇਹ ਬੱਚਿਆਂ ਨੂੰ ਸਾਨੂੰ ਸਿਖਾਉਣਾ ਪਊਗਾ ਦੱਸਣਾ ਪਊਗਾ ਹੂੰ ਔਰ ਸਾਨੂੰ ਆਵਾਜ਼ ਉਠਾਉਣੀ ਪਊਗੀ ਇਹਦੇ ਬਾਰੇ ਇੱਕ ਡਬਲ ਸਟੈਂਡਰਡਸ ਨੇ ਜਿਹੜੇ ਸਾਡੇ ਹਿੰਦੂਸਤਾਨੀਆਂ ਦੇ ਵਿੱਚ ਕਿ ਅਸੀਂ ਸਾਡੇ ਦੰਦ ਦਿਖਾਉਣ ਦੇ ਹੋਰ ਨੇ ਤੇ ਖਾਣ ਦੇ ਹੋਰ ਨੇ ਉਹਨੂੰ ਖਤਮ ਕਰਕੇ ਇਦਾਂ ਦੇ ਮੁੱਦਿਆਂ ਨੂੰ ਸਾਹਮਣੇ ਲਿਆਉਣਾ ਪਊਗਾ ਔਰ ਉਹਨਾਂ ਦਾ ਸਾਹਮਣਾ ਕਰਕੇ ਡਟ ਕੇ ਉਹਨਾਂ ਨਾਲ ਲੜਨਾ ਪਊਗਾ ਜਿਕਰ ਇਸਲਾਮਿਕ ਕੰਟਰੀਆਂ ਦੀ ਗੱਲ ਕੀਤੀ ਜਾਵੇ ਉੱਥੇ ਹਿਊਮਨ ਟ੍ਰੈਫਿਕੇ ਨੂੰ ਕਿਤੇ ਨਾ ਕਿਤੇ ਵੱਡਾ ਹੰਗਾਰਾ ਮਿਲਦਾ ਕਿਉਂਕਿ ਉਹਨਾਂ ਦਾ ਇੱਕ ਪੇਸ਼ਾ ਜਿਵੇਂ ਪੰਜਾਬ ਦਾ ਇੱਕ ਕਲਚਰ ਹੈ ਕਿ ਪਟਿਆਲਾ ਪੈਗ ਸਾਡਾ ਆਪਣਾ ਹੈ ਤਾਂ ਉੱਥੇ ਦਾ ਕਲਚਰ ਹੈ ਕਿ ਤੁਸੀਂ ਉਸ ਨੂੰ ਮੰਨਦੇ ਹੋ ਕਿ ਉਸ ਕਲਚਰ ਨੂੰ ਨਾਥ ਪਾਉਣਾ ਜਾਂ ਕਿਤੇ ਨਾ ਕਿਤੇ ਅਵੇਅਰਨੈਸ ਕਿਤੇ ਨਾ ਕਿਤੇ ਉਸ ਚੀਜ਼ ਨੂੰ ਝੋਟ ਮਾਰ ਸਕਦੇ ਮੈਂ ਮੈਂ ਸੌਰੀ ਮੈਂ ਨਹੀਂ ਮੰਦੀ ਕਿ ਉਹਨਾਂ ਦਾ ਕਲਚਰ ਹੈਗਾ ਹਿਊਮਨ ਟ੍ਰੈਫਿਕਿੰਗ ਦਾ ਇਹ ਇੱਕ ਦੁਨੀਆ ਦੀ ਸਭ ਤੋਂ ਪੁਰਾਣੀ ਇੰਸਟੀਟਿਊਸ਼ਨ ਇਫ ਵੀ ਕੈਨ ਸੇ ਮੰਨੀ ਗਈ ਹੈ ਜਦ ਤੋਂ ਆਦਮ ਹਵਾ ਸੇਇੰਗ ਮੈਟਾਫੋਰਿਕਲੀ ਸ਼ੁਰੂ ਹੋਏ ਨੇ ਉਦੋਂ ਤੋਂ ਜਿਸਮ ਫਰੋਸ਼ੀ ਦਾ ਮਾਮਲਾ ਚੱਲਦਾ ਹੈ ਔਰ ਚੱਲਦਾ ਦੋਨਾਂ ਦੀ وجہ ਕਰਕੇ ਹੈ ਬੰਦਾ ਜਿਹੜਾ ਐਕਸਪਲੋਇਟ ਕਰਦਾ ਔਰਤ ਜਿਹੜੀ ਮਜਬੂਰ ਹੈ ਜਾਂ ਜਿਹਨੂੰ ਈਜ਼ੀ ਮਨੀ ਚਾਹੀਦੀ ਹੈਗੀ ਸੋ ਇਹ ਸਿਰਫ ਉਹਨਾਂ ਦੀ ਗੱਲ ਨਹੀਂ ਹੈ ਸਾਡੇ ਕਿਹੜਾ ਨਹੀਂ ਹੁੰਦਾ ਸੀਗਾ ਕਿੱਥੇ ਆਪਣੇ ਜਿਹਨੂੰ ਕਿਹੜੇ ਨਵਾਬ ਸੀ ਰਾਜੇ ਮਹਾਰਾਜੇ ਸੀ ਜ਼ਿੰਮੇਦਾਰ ਸੀਗੇ ਜਿਹੜੇ ਇਸ ਚਿੰਡਲਟ ਨਹੀਂ ਕਰਦੇ ਸੀਗੇ ਸੋ ਇਹ ਹਰ ਕਲਚਰ ਦੇ ਵਿੱਚ ਰਿਹਾ ਕੋਈ ਵੀ ਅਸ਼ੀ ਕਲਚਰ ਨਹੀਂ ਹੈ ਜਿੱਥੇ ਨਾ ਰਿਆ ਹੋਵੇ ਆਖਰੀ ਸਵਾਲ ਕਰਨਾ ਚਾਹਾਂਗਾ ਕਿ ਆਖਰ ਇਹ ਸਭ ਨੂੰ ਨੱਥ ਪਾਉਣ ਦੇ ਲਈ ਆਖਰ ਤੁਹਾਡਾ ਸੰਦੇਸ਼ ਕੀ ਹੈ ਤੇ ਨਾਲ ਹੀ ਮੈਂ ਇਹ ਗੱਲ ਵੀ ਕਰਨਾ ਚਾਹਾਂਗਾ ਕਿ ਜੇਕਰ ਅਵੇਅਰਨੈਸ ਹੁੰਦੀ ਹੈ ਤਾਂ ਕੀ ਕਿਤੇ ਨਾ ਕਿਤੇ ਇਹ ਸਭ ਨੂੰ ਹਟ ਕਰੇਗਾ ਬਿਲਕੁਲ ਇਹ ਸ਼ਰੀਰ ਸਾਰਾ ਮੁਦਾਇ ਵੀਰਨੇਸ਼ਨ ਨਾਲ ਸ਼ੁਰੂ ਹੋਊਗਾ ਔਰ ਮੇਰੀ ਬੇਨਤੀ ਹੈ ਮਾਪੇ ਬਾਬ ਨੂੰ ਆਪਣੀ ਬੇਟੀ ਦਾ ਸਨਮਾਨ ਕਰੋ ਉਹਨੂੰ ਸੈਲਫ ਇਸਟਿਮ ਦਿਓ ਉਹਨੂੰ ਇਹ ਮਹਿਸੂਸ ਕਰਾਓ ਕਿ ਉਹਦੀ ਘਰ ਦੇ ਵਿੱਚ ਕਦਰ ਹੈ ਤਾਂ ਕਿ ਉਹਨੂੰ ਇਹ ਨਾ ਲੱਗੇ ਕਿ ਮੇਰੀ ਕੋਈ ਕਦਰ ਨਹੀਂ ਔਰ ਜਿੱਥੇ ਮੈਨੂੰ ਐਕਸੈਪਟੈਂਸ ਮਿਲਦੀ ਹੈ ਉਧਰ ਨੂੰ ਉਹ ਤੁਰ ਜਾਵੇ ਗਲਤ ਰਸਤਿਆਂ ਦੇ ਵਿੱਚ ਪੈ ਜਾਏ ਜਿਹੜੀ ਬੱਚੀ ਆਪਣੇ ਆਪ ਨੂੰ ਰਿਸਪੈਕਟ ਕਰੇਗੀ ਜਿਹਨੂੰ ਆਪਣੇ ਅੱਗੇ ਅੱਛੀ ਫਿਊਚਰ ਦਿਖੇਗੀ ਕਿ ਮੈਨੂੰ ਪੜਾਇਆ ਵੀ ਜਾਊਗਾ ਮੈਂ ਆਪ ਚੰਗੇ profession ਦੇ थ्रू ਕਮਾਈ ਵੀ ਕਰ ਸਕਦੀ ਆ ਸੈਲਫ ਕੌਨਫੀਡੈਂਟ ਹੋਏਗੀ ਔਰ ਜਿਹੜੀ ਆਪਣੀ ਮਾਂ ਤੇ ਬਾਪ ਦੇ ਨਾਲ ਖੁੱਲ ਕੇ ਗੱਲ ਕਰ ਸਕੇਗੀ ਉਹ ਇਹ ਜੇ ਕੁਰਾਹਾਂ ਤੇ ਜਾਣ ਤੋਂ ਬਚੀ ਰਹੇਗੀ ਹੂੰ ਜੇਕਰ ਗੱਲ ਕੀਤੀ ਜਾਵੇ ਜਿਹੜਾ ਅੰਕੜਾ ਪੇਸ਼ ਹੋਇਆ ਹੈ ਇਹ ਕੇਂਦਰੀ ਮੰਤਰੀ ਵੱਲੋਂ ਅੰਕੜਾ ਪੇਸ਼ ਕੀਤਾ ਗਿਆ ਕਿ ਜਿਹੜਾ ਤੁਹਾਡੇ ਕੋਲ ਅੰਕੜਾ ਹੈ ਕਿ ਪੂਰੇ ਦੇਸ਼ ਦੇ ਵਿੱਚ ਅੱਜ ਤੱਕ ਕਿੰਨੀਆਂ ਕੁ ਕੁੜੀਆਂ ਨੇ ਜਿਨ੍ਹਾਂ ਨੂੰ ਨਾਤਾਜ ਤੱਕ ਲੱਭਿਆ ਗਿਆ ਤੇ ਨਾ ਹੀ ਕੱਢਿਆ ਕਿ ਆਕਰੋ ਕਿਹੜਾ ਕੂ ਹੈ ਜਿਸ ਦੇ ਵਿੱਚ ਉਹ ਜਾ ਟਕੀਆਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਜਿਹਨੂੰ ਆਪਾਂ ਕਹਿੰਦੇ ਆ ਰਾਈਟਿੰਗ ਔਨ ਦ ਵਾਲ ਹੈ ਕਿ ਜਿਨ੍ਹਾਂ ਦੇ ਐਫ ਆਈ ਆਰ ਦਰਜ ਵੀ ਹੋਏ ਨੇ ਲਾਪਤਾ ਕੁੜੀਆਂ ਦੇ ਬਾਰੇ ਗੁੰਮਸ਼ੁਦਾ ਕੁੜੀਆਂ ਦੇ ਬਾਰੇ ਉਹਨਾਂ ਦੇ ਵਿੱਚੋਂ 1/3 ਕੇਸਸ ਵੀ ਨਹੀਂ ਹੋਣਗੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਸੋਲਵ ਕੀਤਾ ਗਿਆ ਹੋਵੇ ਜਾਂ ਕੁੜੀ ਨੂੰ ਵਾਪਸ ਲਿਆਂਦਾ ਗਿਆ ਹੋਵੇ ਇਹਦਾ ਮਤਲਬ ਹੈ ਕਿ ਅਸੀਂ ਉਹਨਾਂ ਨੂੰ ਲੱਭਣਾ ਚਾਹੁੰਦੇ ਨਹੀਂ ਜਾਂ ਫਿਰ ਸਾਡਾ ਲਾਅ ਐਂਡ ਆਰਡਰ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਹੈ ਉਹ ਜਿਹੜਾ ਕੰਮ ਉਹਨਾਂ ਨੂੰ ਕਰਨਾ ਚਾਹੀਦਾ ਹੈ ਉਹ ਛੱਡ ਕੇ ਉਹ ਪਾਵਰਫੁੱਲ ਲੋਕਾਂ ਦੀ ਸੇਵਾ ਦੇ ਵਿੱਚ ਤੇ ਉਹਨਾਂ ਦੇ ਆਸ-ਪਾਸ ਗੱਡੀਆਂ ਲੈ ਕੇ ਘੁੰਮਣ ਦੇ ਵਿੱਚ ਲੱਗਿਆ ਹੋਇਆ ਹੂੰ ਸੋ ਰஞ்சிਤ ਕੋਰਪੋਰਟ ਨਾਲ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤੋਤਨ ਰਾਜੀ ਚ ਚੱਕ ਸੋ ਹਮਨ ਟ੍ਰੈਫਿਕ ਦੇ ਉੱਤੇ ਗੱਲਬਾਤ ਕੀਤੀ ਗਈ ਹੈ ਕਿ ਆਖਰ ਇਹ ਉਹ ਦੌਰ ਹੈ ਜਿਸ ਦੇ ਵਿੱਚ ਸਭ ਤੋਂ ਵੱਡਾ ਪੈਸਾ ਕਮਾਉਂਦਾ ਜਾਂ ਇਹ ਕਹ ਲਈਏ ਕਿ ਮਿਲੀਅਨਸ ਟ੍ਰਿਲੀਅਨ ਡਾਲਰ ਕਮਾਉਂਦਾ ਇਹ ਸਭ ਤੋਂ ਵੱਡਾ ਕਾਰੋਬਾਰ ਹੈ ਕਿ ਆਖਰ ਇਸ ਕਾਰੋਬਾਰ ਨੂੰ ਨਾ ਉਦੋਂ ਹੀ ਪਵੇਗੀ ਜਦੋਂ ਅਵੇਅਰਨੈਸ ਹੋਵੇਗੀ ਕਿ ਆਪਣੇ ਆਪਸੀ ਤਾਲਮੇਲ ਹੋਵੇਗਾ ਮਾਂ ਪਿਓ ਦਾ ਆਪਸੀ رابطہ ਹੋਵੇਗਾ ਕਿਉਂਕਿ ਕਿਤੇ ਨਾ ਕਿਤੇ ਇਹ ਤਾਲਮੇਲ ਦੇ ਵਿੱਚ ਆ ਰਹੀ ਕਮੀ ਕਿਤੇ ਨਾ ਕਿਤੇ ਸਾਨੂੰ ਬਰਬਾਦੀ ਵੱਲ ਲੈ ਕੇ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਅਲਮ ਤਾਂ ਕੀ ਕਹਿੰਦੀਆਂ ਨੇ ਤੇ ਮਾਪਿਆਂ ਦਾ ਕੀ ਸੋਚਣਾ ਹੈ ਇਹ ਹੋਣ ਉਹਨਾਂ ਦੇ ਉੱਤੇ ਖੁਦਗਰਜ਼ੀ ਜਾਂ ਕਿਤੇ ਨਾ ਕਿਤੇ ਉਹਨਾਂ ਦੀ ਅਵੇਅਰਨੈਸ ਦੇ ਉੱਤੇ ਸਵਾਲ ਹੈ